ਮੋਗਾ ਪੁਲਿਸ ਨੇ ਰਾਜਸਥਾਨ ਦੇ 3 ਨਸ਼ਾ ਸਮਗਲਾਂ ਨੂੰ ਲੱਖਾਂ ਰੁਪਏ ਦੀ ਅਫੀਮ ਅਤੇ ਨਜਾਇਜ਼ ਪਿਸਤੌਲ ਸਣੇ ਕਾਬੂ ਕੀਤਾ। ਪੁਲਿਸ ਨੇ ਸਮਗਲਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਹੈ ਮੁਹਿੰਮ ਤਹਿਤ ਜਦੋਂ ਐਂਟੀ ਨਾਰਕੋਟਿਕਸ ਡਰੱਗਸ ਸੈੱਲ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਗਸ਼ਤ ਕਰਦੇ ਹੋਏ ਮੋਗਾ ਕੋਟਕਪੂਰਾ ਰੋਡ ਉੱਤੇ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਸ਼ੱਕ ਦੇ ਆਧਾਰ ਉੱਤੇ ਜਦੋਂ ਕੋਟਕਪੂਰਾ ਵੱਲੋਂ ਆ ਰਹੀ ਇੱਕ ਕਾਰ ਨੂੰ ਰੋਕਿਆ ਜਿਸ ਵਿੱਚ ਸਵਾਰ 3 ਲੋਕਾਂ ਨੂੰ ਪੁਲਿਸ ਨੇ ਅਫੀਮ ਸਣੇ ਕਾਬੂ ਕੀਤਾ। ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਬੈਗ ਜਿਸ ਵਿੱਚੋਂ 5 ਕਿਲੋ ਅਫੀਮ ਅਤੇ ਇੱਕ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ਦੇ ਚੱਲਦੇ ਪੁਲਿਸ ਪਾਰਟੀ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਦੇ ਵਿੱਚ ਸਵਿਫਟ ਕਾਰ ਸੀਗੀ, ਰਾਜਸਥਾਨ ਨੰਬਰੀ ਕਾਰ ਸੀ, ਜਿਹਦੇ ਵਿੱਚ 3 ਮੁਲਜ਼ਮ ਬੈਠੇ ਹੋਏ ਸੀਗੇ। ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੀ ਜਿਹੜੀ ਡਰਾਈਵਿੰਗ ਸੀਟ ਦੇ ਨਾਲ ਦੀ ਸੀਟ, ਉਹਦੇ ਵਿੱਚ ਇੱਕ ਪਿੱਠੂ ਬੈਗ ਪਿਆ ਸੀਗਾ ਜਿਹਦੇ ਵਿੱਚੋਂ 5 ਕਿਲੋ ਅਫੀਮ ਅਤੇ ਇੱਕ 7.65 ਪਿਸਟਲ ਜਿਹੜਾ ਹੈ ਬਰਾਮਦ ਹੋਇਆ ਦੇਸੀ। ਇਹ ਲੋਕ ਜਿਹੜੀ ਅਫੀਮ ਸੀਗੀ ਇਹ ਰਾਜਸਥਾਨ ਤੋਂ ਲੈ ਕੇ ਆ ਰਹੇ ਸੀ, ਥਰੂ ਰਾਜਸਥਾਨ ਮੱਧ ਪ੍ਰਦੇਸ਼ ਤੋਂ ਲੈ ਕੇ ਆ ਰਹੇ ਸੀ ਮੰਦਸੌਰ, ਉੱਥੇ ਇੱਕ ਕਸਬਾ ਪੈਂਦਾ ਭੈਰੋ ਨਾਮ ਦਾ ਕੋਈ ਸਮਗਲਰ ਹੈ।